ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਵਸ ਸੰਬੰਧੀ ਅੰਮ੍ਰਿਤਸਰ ਦੇ ਵਿੱਚ ਇੰਡੀਆ ਗੇਟ ਤੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਸ਼ਾਮ ਸਿੰਘ ਅਟਾਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਉਹਨਾਂ ਕਿਹਾ ਕਿ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੇ ਅੰਤਿਮ ਸਾਹ ਤੱਕ ਲੜਾਈ ਲੜੀ ਸੀ ਅਤੇ ਲੋਕਾਂ ਨੂੰ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਅਤੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ। ਦੇਸ਼ ਲਈ ਕੌਮ ਲਈ ਉਹ ਅੰਤਿਮ ਸ਼ਵਾਸਾਂ ਤੱਕ ਲੜਾਈ ਲੜਦੇ ਸ਼ਹੀਦ ਹੋਏ। ਅੱਜ ਉਹਨਾਂ ਦੇ ਚਰਨਾਂ 'ਚ ਸਿਰ ਝੁਕਾਉਣ ਵਾਸਤੇ, ਉਹਨਾਂ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਨ ਵਾਸਤੇ ਸਾਰੇ ਇਕੱਠੇ ਹੋਏ ਹਾਂ। ਮੈਂ ਜਿੱਥੇ ਸਮੁੱਚੀ ਮਨੁੱਖਤਾ ਨੂੰ ਵਧਾਈ ਦਿੰਦਾ, ਉੱਥੇ ਅਰਦਾਸ ਕਰਦਾ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਜਿਹੜੇ ਸ਼ਹੀਦ ਦੇਸ਼ ਵਾਸਤੇ ਕੌਮ ਵਾਸਤੇ ਸ਼ਹੀਦ ਹੁੰਦੇ, ਉਹ ਸਾਡੇ ਵਾਸਤੇ ਇੱਕ ਵਿਰਸਾ ਛੱਡ ਕੇ ਜਾਂਦੇ ਆ, ਇੱਕ ਸ਼ੁਕਰ ਛੱਡ ਕੇ ਜਾਂਦੇ ਆ, ਇੱਕ ਸਿਹਤ ਲੈਣ ਵਾਸਤੇ ਸਾਡੇ ਵਾਸਤੇ ਲੋਕਾਂ ਵਾਸਤੇ ਸਾਡੇ ਕੇ ਜਾਂਦੇ ਆ ਕਿ ਉਹ ਦਰਸ਼ ਮਾਰਗ ਹੁੰਦੇ ਇੱਕ। ਉਹਨਾਂ ਨੇ ਦੇਸ਼ ਲਈ ਕੌਮ ਲਈ ਸਾਰਾ ਕੁਝ ਕੀਤਾ ਹੁੰਦਾ। ਤਿਆਗ ਦੀ ਭਾਵਨਾ ਉਹ ਸਾਡੇ ਲੋਕਾਂ ਦੀ ਇੱਕ ਪ੍ਰੇਰਨਾ ਸਰੋਤ ਹੁੰਦੇ ਆ। ਇਸ ਲਈ ਅੱਜ ਦੇ ਦਿਨ 'ਤੇ ਜਿੱਥੇ ਉਹਨਾਂ ਦੇ ਚਰਨਾਂ ਦੇ ਸਿਰ ਚੁਕਾਉਣਾ, ਮੈਂ ਸਮੁੱਚੀ ਇਨਸਾਨੀਅਤ ਨੂੰ, ਮਨੁੱਖਤਾ ਨੂੰ, ਸਮਾਜ ਨੂੰ ਜਿੱਥੇ ਵਧਾਈ ਦੇਣਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।